ਨਿਹਾਲ ਸਿੰਘ ਵਾਲਾ ਦੇ ਪਿੰਡ ਹਿੰਮਤਪੁਰਾ ਦੇ ਇੱਕ ਕਰਜ਼ਾਈ ਕਿਸਾਨ ਦੇ ਵੱਲੋਂ ਆਪਣੇ ਸਹੁਰੇ ਘਰ ਪਿੰਡ ਮਾਣੂਕੇ ਵਿਖੇ ਜ਼ਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਕਰ ਲਈ ਗਈ ਹੈ। ਦਰਅਸਲ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਕਤ ਕਿਸਾਨ ਦੇ ਉੱਤੇ ਬੈਂਕਾਂ ਤੇ ਸੁਸਾਇਟੀ ਦਾ ਕਾਫੀ ਕਰਜ਼ਾ ਸੀ। ਉਪਰੋਂ ਉਸਦੀ ਕਣਕ ਦੀ ਫਸਲ ਨੂੰ ਵੀ ਅੱਗ ਲੱਗ ਗਈ ਸੀ, ਜਿਸ ਦੇ ਕਾਰਨ ਉਸਦਾ ਕਾਫੀ ਨੁਕਸਾਨ ਹੋ ਗਿਆ ਸੀ। ਦੂਜਾ ਰਹਿੰਦੀ ਖੂੰਹਦੀ ਕਸਰ ਉਸਦਾ ਝੋਨਾ ਮੀਂਹ ਦੇ ਕਾਰਨ ਖਰਾਬ ਹੋ ਗਿਆ ਸੀ, ਜਿਸ ਕਰਕੇ ਮਾਨਸਿਕ ਪਰੇਸ਼ਾਨੀ ਨਾ ਚੱਲਦੇ ਹੋਏ ਉਕਤ ਕਿਸਾਨ ਦੇ ਵੱਲੋਂ ਖੁਦਕੁਸ਼ੀ ਕਰ ਲਈ ਗਈ ਹੈ। ਇਸ ਮੌਕੇ ਮ੍ਰਿਤਕ ਕਿਸਾਨ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਗਈ ਹੈ। ਬਸੰਤ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਹਿੰਮਤਪੁਰਾ ਆਲ ਪਿੰਡ ਮਾਣੂਕੇ, ਜੋ ਆਪਣੇ ਸਹੁਰੇ ਘਰ ਮਾਣੂਕੇ ਦੇ ਘਰ ਦਵਾਈ ਦੇ ਤੌਰ 'ਤੇ ਰਹਿੰਦਾ ਸੀ, ਖੇਤੀ ਕਰਦਾ ਸੀ, ਅਤੇ ਜਿਸਨੇ ਆਪਣੀ ਸਾਲੀ ਦਾ ਵਿਆਹ ਕੀਤਾ ਸੀ ਅਤੇ ਘਰ ਨਵਾਂ ਪਾਇਆ ਸੀ, ਜਿਸ ਕਰਕੇ ਉਹਦੇ ਸਿਰ 'ਤੇ 6-7 ਲੱਖ ਰੁਪਏ ਦਾ ਕਰਜ਼ਾ ਚੜ੍ਹ ਗਿਆ ਸੀ, ਅਤੇ ਜਿਸ ਵਿੱਚ ਬੈਂਕ ਆਫ ਇੰਡੀਆ ਨੇ ਸਿੰਗਲ ਦਾ 5 ਲੱਖ ਰੁਪਏ, 1.5 ਲੱਖ ਰੁਪਈਆ ਇੱਕ ਵਾਧੇ ਬਣ ਤੋਂ ਕਾਢ ਦਿੱਤੀ ਹੈ। ਉਹਦਾ ਉਸ ਖੇਤੀ ਹੁੰਦੀ ਹੈ ਵੀ ਆਹ ਕੋਆਪਰੇਟਿਵ ਸੁਸਾਇਟੀ ਮਾਣੂਕੇ ਦਾ ਹੈ। ਇਹ ਕਰਜ਼ਾ ਕਰਨ ਕਰਕੇ ਉਹ ਦਿਮਾਗੀ ਪਰੇਸ਼ਾਨੀ 'ਚ ਰਹਿਣ ਲੱਗ ਪਿਆ ਸੀ। ਕੱਲ੍ਹ 2:45 ਉਹਨੇ ਘਰ ਦੇ ਗੇਟ 'ਚ ਗੇਟ ਕੋਲ ਪਈ ਸਪਰੇ ਪੀ ਲਈ ਅਤੇ ਆਪਣੀ ਪਤਨੀ ਨੂੰ ਕਹਿੰਦਾ ਵੀ ਮੈਂ ਤਾਂ ਜਿਹੜਾ ਨਹੀਂ ਕੰਮ ਕਰਨਾ ਸੀ ਕਰ ਲਿਆ, ਤਾਂ ਉਹਨਾਂ ਨੇ ਉਹ ਉੱਥੇ ਹਸਪਤਾਲ 'ਚ ਲੈ ਕੇ ਦਾਖਲ ਕਰਾਇਆ, ਜਿਹਦੀ ਉੱਥੇ 2:45 ਦੀ ਮੌਤ ਹੋ ਗਈ। ਆਪਣੀ ਬੇਅੰਤ ਕੌਰ ਦੇ ਬਿਆਨ 'ਤੇ ਰੱਗ ਨੰਬਰ 24 ਅਧੀਨ ਧਾਰਾ 174 CRPC ਅਮਲ 'ਚ ਲਿਆਂਦੀ ਹੈ। ਅੱਜ ਲਾਸ਼ ਉਹਦਾ ਸਿਵਲ ਹਸਪਤਾਲ ਮੋਗਾ ਤੋਂ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸ ਵਿਭਾਗ ਕਰਦੀ ਹੈ। ਮੌਤ ਤਾਂ ਬਸ ਜਿਹੜਾ ਹੁਣ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ, ਜ਼ਿਮੀਂਦਾਰ ਦੇ ਜਿਹੜੇ ਹਾਲਾਤ ਆ ਮਾੜੇ ਆ, ਅਤੇ ਵਧੀਆ ਸੀ ਠੀਕ ਹੈ, ਇਹਦਾ 1-2 ਵਾਰ ਨੁਕਸਾਨ ਹੋ ਗਿਆ, ਕਣਕ ਨੂੰ ਅੱਗ ਲੱਗ ਗਈ ਸੀ, ਐਤਕੀ ਝੋਨੇ ਦਾ ਨੁਕਸਾਨ ਹੋ ਗਿਆ, ਉਹ ਥੋੜ੍ਹਾ ਜਿਹਾ ਦਿਮਾਗ 'ਤੇ ਬੋਝ ਰੱਖਦਾ ਸੀ। ਉਹ ਪਹਿਲਾਂ ਵਧੀਆ ਠੀਕ ਠਾਕ ਆਇਆ ਘਰੋਂ, ਨਿਹਾਲ ਸਿੰਘ ਨੇ ਦਵਾਈ ਲੈ ਕੇ ਆਇਆ, ਪਰਿਵਾਰ ਨਾਲ ਵਧੀਆ ਗਿਆ, ਬਸ ਉਹ ਦਿਮਾਗ 'ਚ ਇਹੋ ਜਿਹਾ ਡਿਪਰੈਸ਼ਨ ਹੋਈ, ਉਸ ਤਰ੍ਹਾਂ ਚੱਕੀ ਹੋਈ। 2 ਬੱਚੇ ਆ ਛੋਟੇ, 2 ਮੀਆਂ ਵੀ ਬਿਆਰ ਸੀ, ਇਹ ਵੀ ਸਾਰਿਆਂ ਨੂੰ ਬਚਾਇਆ ਜਾਵੇ। ਆ ਸਾਰੀ ਪੀੜਤਾ ਸੀ, ਇੱਕ ਨੂੰ ਇਕੱਲਾ ਬਸੰਤ ਸਿੰਘ ਨਹੀਂ, ਬਾਕੀ ਵੀ ਸਾਰੇ ਪੀੜਤੀ ਆ, ਕਿਉਂਕਿ ਜਦੋਂ ਦਾ ਵਾਅਦਾ ਹੋਇਆ ਉਦੋਂ ਦੇ ਲੋਕ, ਅੱਜ ਵੀ 3 ਕਿਸਾਨਾਂ ਦੀ ਮੌਤ ਹੋਈ ਆ, ਅੱਜ ਦੇ ਪੇਪਰ 'ਚ ਪੜਿਆ 3 ਸ਼ਹੀਦ। ਬੜੀ ਦੁਖਦਾਈ ਘਟਨਾ ਹੈ ਜੀ, ਇਹਦਾ ਇਹ ਸਾਰਾ ਹੀ ਪਿਛੋਕੜ ਹੈ ਅਤੇ ਇਹ ਸਾਰਾ ਕਰਜ਼ਾ ਹੈ, ਕਿਉਂਕਿ ਸਰਕਾਰਾਂ ਆਉਂਦੀਆਂ ਅਤੇ ਆਉਣ ਸਾਰੇ ਸਾਡੇ ਕਿਸਾਨਾਂ ਨਾਲ ਵੱਡੇ ਵਾਅਦੇ ਕੀਤੇ ਹੈ ਕਿ ਤੁਹਾਡੇ ਸਾਰੇ ਕਰਜ਼ੇ ਮਾਫ਼ ਕੀਤੇ ਜਾਣਗੇ। ਤੁਸੀਂ ਇਸ ਗੱਲ ਬਾਰੇ ਭਲੀ ਭਾਂਤ ਜਾਣੂ ਕਿ ਜਦੋਂ ਦੀ ਸਰਕਾਰ ਕੈਪਟਨ ਬਣੀ ਹੈ, ਉਹ ਤੋਂ ਲੈ ਕੇ ਹਰ ਰੋਜ਼ 2-3 ਕਿਸਾਨ ਖੁਦਕੁਸ਼ੀ ਕਰ ਰਹੇ ਆ, ਉਸੇ ਲੜੀ 'ਚੋਂ ਅੱਜ ਦਾ ਜਿਹੜਾ ਬਸੰਤ ਸਿੰਘ ਹੈ ਕਿਸਾਨ, ਇਹਨਾਂ ਦਾ ਇਹ ਮੇਰੇ ਪਿੰਡ ਮਾਣੂਕੇ ਵਿਆਹਿਆ ਹੋਇਆ, ਇਹਨਾਂ ਦਾ ਪਿੰਡ ਹਿੰਮਤਪੁਰ ਹੈ, ਇਹ ਵੀ ਕਰਜ਼ੇ ਦੀ ਲਪੇਟ ਵਿੱਚ ਆਇਆ ਕਰਕੇ ਮਾਨਸਿਕ ਦਬਾਅ 'ਤੇ ਇੰਨਾ ਆ ਗਿਆ। ਇੱਕ ਵਾਰ ਇਹਦੇ ਪਿਛਲੇ ਵਾਰ ਇਹਦੇ ਖੇਤ ਕਣਕ ਮੱਚ ਗਈ, ਉਹਦਾ ਵੱਡਾ ਦਿਮਾਗ 'ਤੇ ਅਸਰ ਆ, ਇਸ ਵਾਰ ਕੁਛ ਨੀਵੇਂ ਥਾਂ ਝੋਨਾ ਬਾਰਿਸ਼ ਪੈਣ ਨਾਲ ਉਹ ਮਰ ਗਿਆ। ਕਿਸਾਨ ਦੀ ਜਿਹੜੀ ਸਾਰੀ ਚਾਰਾ ਜੋਈ ਹੈ ਫਸਲ 'ਤੇ ਹੈ, ਅਤੇ ਜਦੋਂ ਫਸਲ ਦਾ ਕੋਈ ਨੁਕਸਾਨ ਹੁੰਦਾ ਅਤੇ ਸਰਕਾਰਾਂ ਵੀ ਬਾਂਹ ਨਹੀਂ ਫੜਦੀਆਂ, ਅਤੇ ਉਦੋਂ ਉਦਾਸੀ ਦੇ ਆਲਮ 'ਚ ਇੰਨਾ ਜਾ ਪਹੁੰਚਦਾ ਕਿ ਕਿਸਾਨ ਮੌਤ ਨੂੰ ਗੱਲ ਲਾਉਣ ਵਾਲੇ ਪਾਸੇ ਜਾ ਵੜਦਾ। ਅੱਜ ਹਾਲਤ ਇਸ ਘਰ ਦੀ ਤੁਸੀਂ ਦੇਖੋ ਵੀ ਇੰਨੀ ਹੋਈ ਪਈ ਆ, ਇੱਕੋ ਇੱਕ ਇਹ ਕਮਾਊ ਬੰਦਾ ਅਤੇ ਘਰੋਂ ਚਲਾ ਗਿਆ, ਅਤੇ ਅੱਜ ਘਰ ਦੀ ਹਾਲਤ ਬਹੁਤ ਮਾੜੀ ਹੋਈ ਪਈ ਹੈ। ਅਸੀਂ ਸਰਕਾਰ ਨੂੰ ਪੁਰਜ਼ੋਰ ਅਪੀਲ ਕਰਦੇ ਹਾਂ ਕਿ ਇਸ ਪਰਿਵਾਰ ਨੂੰ 10 ਲੱਖ ਰੁਪਈਆ ਮੁਆਵਜ਼ਾ ਔਰ ਇਹਦਾ ਸਾਰਾ ਕਰਜ਼ਾ ਜਿਹੜਾ ਹੈਗਾ ਸਰਕਾਰ ਰਾਈਟ ਆਫ ਕਰੇ, ਔਰ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਤੁਰੰਤ ਦਿੱਤੀ ਜਾਵੇ।
ਮੋਗਾ ਤੋਂ ਬਿੱਟੂ ਪੁਰਵਾ ਦੀ ਰਿਪੋਰਟ, ਪਹਿਰੇਦਾਰ ਟੀਵੀ।